ਹਾਂਜੀ ਲਓ ਵੀ ਮੁੰਡੇ ਕਹਿੰਦੇ ਫਾਰਮਿੰਗ ਵਾਲਾ ਕਾਲਾ ਜੱਟ ਆ ਚੁੱਕਿਆ ਬਾਈ, ਕੀ ਹਾਲ ਚਾਲ ਆ? ਉਮੀਦ ਕਰਦਾ ਸਾਰੇ ਠੀਕ ਹੋਵੋਗੇ, ਹੈ ਨਾ। ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਅਸਲਾਮ ਵਾਲੇਕਮ ਬਾਈ। ਕਾਲੇ ਜੱਟ ਨੂੰ ਬਾਈ ਬਾਹਲੀ ਗਰਮੀ ਲੱਗਦੀ ਪਈ ਆ ਮੇਰੇ ਵੀਰੋ, ਜਿੱਦਾਂ ਤੁਸੀਂ ਦੇਖ ਸਕਦੇ ਆ। ਅੱਜ ਫਿਰ ਆਪਾਂ ਖੇਤੀ ਕਰਨੀ ਹੈ ਬਾਈ। ਖੇਤੀ ਦਾ ਕੀ ਕਰਨੀ ਹੈ ਤੁਹਾਨੂੰ ਵੀ ਪਤਾ, ਲਾਸਟ ਐਪੀਸੋਡ ਵਿੱਚ ਆਪਾਂ ਟਰੈਕਟਰ ਲਿਆਂਦਾ ਸੀ ਸਵਰਾਜ 963। ਕਿਹਨੂੰ ਯਾਦ ਆ? ਯਾਦ ਆ, ਹੈ ਨਾ। ਅਤੇ ਜਿਹੜੇ ਮੇਰੇ ਭਰਾ ਮਿਸ ਕਰਦੇ ਪਏ ਸੀ ਬਾਈ, ਆ ਚੈੱਕ ਕਰੋ ਤੁਸੀਂ, ਟਰਾਲਾ ਚੈੱਕ ਕਰੋ। ਇਹ ਆਪਾਂ ਮੰਗਾਇਆ ਹੈਗਾ ਧਾਲੀਵਾਲ ਦਾ ਹੀ ਆ, ਪਰ ਧਾਲੀਵਾਲ ਨੂੰ ਸਪਲਾਈ ਕੀਤਾ ਆਪਣੇ ਬੰਦੇ ਨੇ ਸਕਾਫੀਓਨੈਕਸ ਨੇ। ਸੋ ਮੁੰਡਾ, ਅੱਜ ਆਪਾਂ ਥੋੜ੍ਹੇ ਜਿਹੇ ਕੰਮ ਕਰਨੇ ਆ, ਤੁਹਾਨੂੰ ਵੀ ਦੱਸਦਾ। ਅਤੇ ਅੱਜ ਆਪਣੇ ਕੋਲ ਬੜੇ ਤਗੜੇ ਤਗੜੇ ਟਰੈਕਟਰ ਆਏ ਆ, ਅਤੇ ਜਿੱਦਾਂ ਤੁਸੀਂ ਦੇਖ ਸਕਦੇ, ਮੈਂ ਵੀ ਹੋਰ ਪਿੰਡ ਵਿੱਚ ਖੜਾਂਗਾ। ਇੱਧਰ ਵੇਖੋ, ਮੈਂ ਬਹੁਤ ਦੂਰ ਆਇਆ ਫਿਰਦਾ, ਇੱਥੇ ਤੁਹਾਨੂੰ ਦਿਖਾਉਂਦਾ ਏਰੀਆ ਹੈ, ਬਹੁਤ ਸੋਹਣਾ ਏਰੀਆ ਹੈਗਾ। ਅਤੇ ਬਾਕੀ ਟਰੈਕਟਰ ਟਰਾਲੀ ਤਾਂ ਆਪਣੀ ਘੈਂਟ ਹੀ ਆ, ਹੈ ਨਾ। ਅਤੇ ਇੱਧਰ ਮੈਂ ਆਇਆ ਸੀ ਉੱਦਾਂ ਹੀ ਆ, ਜਿੱਦਾਂ ਤੁਸੀਂ ਦੇਖ ਸਕਦੇ ਆ, ਥੋੜ੍ਹਾ ਜਿਹਾ ਕੰਮ ਸੀਗਾ ਇੱਥੇ ਬੰਦੇ ਨੂੰ, ਅਤੇ ਉੱਪਰਲੇ ਪਾਸੇ ਸਮੁੰਦਰ ਆ, ਤੁਹਾਨੂੰ ਦਿਖਾਉਂਦਾ ਜੇ ਦਿਖਦਾ ਹੈਗਾ। ਪਹਿਲਾਂ ਟਰੈਕਟਰ ਚੈੱਕ ਕਰੋ ਆਪਣਾ, ਲੋ ਚੌਥੇ 'ਚ ਹੀ ਚੱਲਦਾ ਪਿਆ ਸਵਰਾਜ ਝੋਟਾ ਆਪਣਾ। ਘੈਂਟ ਆ ਨਾ ਗੱਲਬਾਤ, ਮੰਨਦੇ ਹਾਂ ਬਈ। ਪਿੱਛੇ ਟਰਾਲੀ ਪੂਰੀ ਲੱਦੀ ਪਈ ਆ, ਇਹ ਟਰਾਲੀ ਆਪਾਂ ਛੱਡਣ ਜਾਣੀ ਆ ਉਹ ਸਰਪੰਚ ਦੇ ਘਰੇ, ਜਿਹਨਾਂ ਕੋਲ ਆਪਾਂ ਇੱਥੇ ਆਏ ਹਾਂ। ਅਤੇ ਤੁਹਾਨੂੰ ਹੌਲੀ ਹੌਲੀ ਦੱਸਦੇ ਹਾਂ ਕੀ ਕੰਮ ਆ ਕੀ ਨਹੀਂ। ਮੀਡੀਅਮ 'ਚ ਪਾ ਲਈਏ ਆਪਾਂ, ਅਤੇ ਇੱਧਰ ਚੈੱਕ ਕਰੋ ਤੁਸੀਂ ਪਹਿਲਾਂ। ਘੈਂਟ ਆ ਨਾ ਸਵਰਾਜ ਟਰੈਕਟਰ ਦਾ ਸਿਰਾ। ਇੱਥੇ ਤੁਹਾਨੂੰ ਮੈਂ ਪਹਿਲਾਂ ਨਾ ਇੱਕ ਚੀਜ਼ ਦਿਖਾਉਂਦਾ ਹੈਗਾ, ਇਹ ਏਰੀਆ ਬੜਾ ਸੋਹਣਾ ਬਈ, ਤੁਹਾਨੂੰ ਦਿਖਾਉਂਦਾ। ਇੱਥੇ ਛੋਟੇ ਛੋਟੇ ਜਿਹੇ ਗੱਲਾਂ ਬਾਤਾਂ ਹੈਗੀਆਂ ਹੈਗੀਆਂ। ਟਰੈਕਟਰ ਵੇਖੋ ਖੜ੍ਹੇ, ਉਹ ਦੇਖੋ ਪੁਰਾਣਾ ਟਰੈਕਟਰ, ਪਤਾ ਨਹੀਂ ਕਿਹਦਾ ਖੜ੍ਹਾ ਸੀ। ਅਤੇ ਆਹ ਚੈੱਕ ਕਰੋ ਇੱਥੇ ਹਿਸਾਬ ਕਿਤਾਬ, ਅਤੇ ਇੱਥੇ ਸ਼ੈਪ ਵੀ ਚੱਲਦੇ ਆ ਵੱਡੇ ਵੱਡੇ। ਉੱਧਰ ਚੈੱਕ ਕਰੋ ਬਈ ਪਰਲੇ ਪਾਸੇ, ਮੰਨਦੇ ਜੇ ਦਿਖਦਾ ਤੁਹਾਨੂੰ, ਉੱਤਰ ਕੇ ਦਿਖਾਉਂਦਾ ਮੈਂ, ਰੁਕ ਜਾਓ। ਵੈਸੇ ਪਹਿਲਾਂ ਆਪਾਂ ਇੱਧਰ ਸੜਕ ਜੀ 'ਤੇ ਲੈ ਲਈਏ, ਕਿਉਂਕਿ ਮੈਨੂੰ ਹਿਸਾਬ ਕਿਤਾਬ ਪਤਾ ਜਿਹਾ ਨਹੀਂ ਹਜੇ। ਜਾਂ ਇੱਥੇ ਸਮੁੰਦਰ ਕੋਲ ਹੀ ਲੈ ਜਾਂਦੇ ਹਾਂ ਕੋਈ ਨਾ, ਕਿਉਂਕਿ ਆਪਣੇ ਕੋਲ ਹਜੇ ਟਾਈਮ ਹੈਗਾ ਗਾ। ਆਹ ਚੈੱਕ ਕਰੋ, ਇੱਧਰੋਂ ਸ਼ਾਇਦ ਤੁਹਾਨੂੰ ਦਿਖ ਜਾਵੇ ਬਾਈ। ਮੈਂ ਕਿਹਾ ਸਿਰਾ ਮਾਹੌਲ ਆ ਇੱਥੇ ਬਾਬਿਓ, ਚੈੱਕ ਕਰਿਓ। ਟਰੈਕਟਰ ਨੂੰ ਆਪਾਂ ਇੱਥੇ ਲਾ ਲੈਂਦੇ ਹਾਂ, ਉੱਤਰ ਜਾਂਦੇ ਹਾਂ। ਆਹ ਚੈੱਕ ਕਰੋ, ਮੰਨਦੇ ਕਿਉਂਕਿ ਗਰਮੀ ਸੀਗੀ, ਤੁਹਾਨੂੰ ਵੀ ਪਤਾ ਉੱਥੇ ਜਿੱਥੇ ਆਪਾਂ ਪਹਿਲਾਂ ਰਹਿੰਦੇ ਸੀ ਉੱਥੇ ਦੁਆਲਾ ਨਿਕਲਿਆ ਪਿਆ ਬਈ, 50-50, 60-60 ਡਿਗਰੀ ਹੋਇਆ ਪਿਆ, ਤਾਂ ਕਰਕੇ ਆਪਣਾ ਕਾਲਾ ਭਈਆ ਕਾਲਾ ਜੱਟ ਇੱਧਰ ਆ ਗਿਆ ਸੀ ਬਈ ਸਮੁੰਦਰ ਕਿਨਾਰੇ। ਇੱਥੇ ਆਪਾਂ ਚੁੱਭੀਆਂ ਵੀ ਲਾ ਸਕਦੇ, ਇੱਧਰ ਚੈੱਕ ਕਰੋ, ਮੰਨਦੇ ਹਾਂ। ਅਤੇ ਛਿੱਪਾਂ ਛੁੱਪਾਂ ਜਾਂਦੀਆਂ, ਇੱਧਰ ਗੋਆਲ ਫਿਰਦੇ ਹਾਂ ਆਪਾਂ, ਅਤੇ ਟਰੈਕਟਰ ਆਪਾਂ ਲਿਆਂਦਾ ਸੀ, ਅਤੇ ਇੱਧਰ ਥੋੜ੍ਹਾ ਜਿਹਾ ਕੰਮ ਕਰਦੇ ਪਏ ਹਾਂ। ਉਹ ਤੁਹਾਡੀ ਨੂੰ ਗੇਰ 'ਚ ਖੜ੍ਹਾ ਸੀ ਟਰੈਕਟਰ, ਬੱਲੇ ਦੇਖ ਲਿਆ ਨਾ ਏਰੀਆ। ਸੋ ਏਰੀਆ ਆਪਣਾ ਪੂਰਾ ਵਧੀਆ ਹੈਗਾ, ਟਰੈਕਟਰ ਵੀ ਪੂਰਾ ਘੈਂਟ ਆ। ਅਤੇ ਹੁਣ ਆਪਾਂ ਜਾਂਦੇ ਹਾਂ ਸਿੱਧਾ ਬਾਈ ਹੁਣਾਂ ਦੇ ਖੇਤ 'ਚ, ਇੱਥੇ ਜਿਨ੍ਹਾਂ ਨੇ ਮੈਨੂੰ ਇੱਥੇ ਸੱਦਿਆ ਸੀ, ਅਤੇ ਕਹਿੰਦੇ ਆਹਦਾ ਸਾਡੇ ਕੋਲ ਵੀ ਝੋਟੇ ਟਰੈਕਟਰ ਖੜ੍ਹੇ ਆ। ਮੈਂ ਕਿਹਾ ਪਤਾ ਨਹੀਂ, ਦੇਖਦੇ ਹਾਂ ਬਾਈ ਕਿਹੜੇ ਟਰੈਕਟਰ ਖੜ੍ਹੇ ਆ ਤੁਹਾਡੇ ਕੋਲ। ਅਤੇ ਬੱਲੇ ਬੱਲੇ ਆਹ ਬਾਈ ਕਿੱਲੇ 'ਚ ਮੈਨੂੰ ਲੱਗਦਾ ਕੁਛ ਨਾ ਕੁਛ ਹੋਣ ਵਾਲਾ, ਹੈ ਨਾ। ਬਾਕੀ ਦੇਖਦੇ ਹਾਂ, ਉਹ ਕਿਉਂਕਿ ਉਹ ਉੱਥੇ ਉਹਨਾਂ ਦਾ ਉਹ ਦੂਜਾ ਤਾਂ ਖੜ੍ਹਾ ਸੀ ਬਾਈ, ਬਾਕੀ ਉੱਥੇ ਜਾ ਕੇ ਪਤਾ ਲੱਗੂਗਾ ਅੱਗੇ ਬਾਈ ਉਹਨਾਂ ਦਾ ਫਾਰਮ ਹੀ ਆ। ਜ਼ਿਆਦਾ ਟਾਈਮ ਨਾ ਖਰਾਬ ਕੀਤੇ, ਤੁਹਾਨੂੰ ਦਿਖਾਉਂਦੇ ਹਾਂ ਚੰਗੀ ਤਰ੍ਹਾਂ। ਪਰ ਆਹ ਦੇਖੋ, ਇੱਦਾਂ ਤਾਂ ਬਈ ਇੱਦਾਂ ਲੱਗਦਾ ਜਿੱਦਾਂ ਪੋਲੀਆ ਹੋਇਆ ਹੁੰਦਾ ਨਾ ਟਰੈਕਟਰ ਨੂੰ। ਪਰ ਏਰੀਆ ਦੱਸੋ ਤੁਸੀਂ, ਏਰੀਆ ਘੈਂਟ ਲੱਗਿਆ ਨਾ, ਕਿਉਂਕਿ ਮੈਂ ਵੀ ਨਵਾਂ ਹੀ ਹਾਂ ਬਾਈ। ਇੱਥੇ ਆਪਾਂ ਇੱਕ ਵਾਰੀ ਦੇਖ ਲਈਏ, ਮੈਨੂੰ ਲੱਗਦਾ ਘਰ ਤਾਂ ਇਹੀ ਲੱਗਦਾ ਇਹਨਾਂ ਦਾ। ਬਾਕੀ ਪੂਰਾ ਵਧੀਆ ਮਾਹੌਲ ਆ ਇੱਥੇ, ਚਿੜੀਆਂ ਚੁੜੀਆਂ ਬਗਲੇ ਬੁਗਲੇ ਸਾਰਾ ਕੁਛ ਹੀ ਬੋਲੀ ਜਾਂਦਾ, ਘਰ ਤਾਂ ਬਾਈ ਇਹੀ ਲੱਗਦਾ। ਹੁਆ ਇੱਥੇ ਕਾਫੀ ਗੱਡ ਖਾਨਾ ਖੜ੍ਹਾ ਹੈਗਾ, ਆਪਾਂ ਗੇਅਰ ਛੋਟਾ ਕਰ ਲਈਏ, ਲੋ 'ਚ ਪਾ ਲਈਏ। ਆਹ ਦੇਖੋ, ਇਹ ਪਤਾ ਨਹੀਂ ਬੰਬੀ ਹਾ ਬੋਲੀ ਜਾਂਦਾ ਅਤੇ ਕੀ ਬੋਲੀ ਜਾਂਦਾ। ਗਾਵਾਂ ਗੂਵਾਂ ਵੀ ਰੱਖੀਆਂ, ਤੁਹਾਨੂੰ ਦਿਖਾਉਂਦੇ ਹਾਂ ਟਰਾਲੀ ਆਪਾਂ ਬੈਕ ਕਰ ਲਈਏ। ਸੋ ਇੱਥੇ ਜੇ ਇਹਨਾਂ ਦੇ ਕੋਈ ਕੰਮ ਕੁੰਮ ਹੋਏ ਆਪਾਂ ਕਰਾ ਦਾਂਗੇ। ਬਾਕੀ ਆਪਣਾ ਟਰੈਕਟਰ ਤਾਂ ਬਾਈ ਸਿਰਾ ਹੀ ਆ ਯਾਰ, ਕਿਹਨੂੰ ਕਿਹਨੂੰ ਵਧੀਆ ਲੱਗਦਾ ਮੁੰਡੇ ਦੱਸੋ, ਟਰੈਕਟਰ ਘੈਂਟ ਆ ਨਾ। ਆਏ ਹਾਏ, ਮੈਂ ਛੇਤੀ ਕੱਟ ਲਈ, ਬਾਕੀ ਦੇਖਦੇ ਹਾਂ। ਚੱਲ 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 ਚੱਲ, ਸਹੀ ਹੈ ਸਹੀ ਹੈ ਬਾਬੇ, ਉਹ ਸਹੀ ਹੈ ਪੂਰਾ। ਕਟਾਈ ਕਟੂਈ ਪੂਰੀ ਸਟੇਅਰਿੰਗ ਨਾਲ ਜਿਹੜੀ ਹੁੰਦੀ ਆ ਨਾ ਬਾਈ, ਉਹ ਤਾਂ ਮੈਂ ਕਿਹਾ ਅੱਕੜ ਬੱਕੜੀ ਹੋ ਜਾਂਦਾ ਕੰਮ। ਇੱਧਰ ਚੈੱਕ ਕਰੋ ਤੁਸੀਂ, ਪੂਰੀ ਵਧੀਆ ਜਿੱਥੇ ਇਹਨਾਂ ਦੀਆਂ ਟਰਾਲੀਆਂ ਲਾਈਆਂ ਗਈਆਂ ਆਪਾਂ ਇੱਥੇ ਹੀ ਲਾ ਦਿੰਦੇ ਹਾਂ ਇਹਨੂੰ। ਬੱਲੇ ਬੱਲੇ ਬੱਲੇ, ਹਿਸਾਬ ਕਿਤਾਬ ਪੂਰਾ ਸਹੀ ਹੈ ਬਾਬੇ।
ਬੱਲੇ ਇੱਥੇ ਲਾ ਦਿੰਦੇ ਬੱਲੇ ਯਾਰ ਸਾਰਾ ਟਰੈਕਟਰ ਚਲਾਉਣ ਦਾ ਵੀ ਵੱਖਰਾ ਹੀ ਸਵਾਦ ਆ ਬਈ। ਅਤੇ ਬਾਕੀ ਮੁੰਡੇ ਇੱਕ ਹੋਰ ਗੱਲ ਕਰਨੀ ਸੀ, ਕਹਿੰਦਾ ਨਵੀਂ FS 25 ਆਉਣ ਲੱਗੀ ਹੈ ਕਿ ਨਹੀਂ। ਨਵੀਂ FS 25 ਜਿੱਤਣ ਲਈ ਗਿਵਅਵੇ ਕਰਾਂਗੇ ਆਪਾਂ ਇੱਕ ਬੰਦੇ ਨੂੰ, ਜੇ ਦੇਖਦੇ ਹਾਂ ਕਿਹਦੀ ਕਿਸਮਤ ਚਮਕੂਗੀ। ਅਤੇ ਉਹਦੇ ਲਈ ਤੁਹਾਨੂੰ ਆ ਸ਼ੇਅਰ ਕਰਨੀ ਪੈਣੀ ਹੈ ਵੀਡੀਓ, ਸ਼ੇਅਰ ਕਰਨਾ ਪੈਣਾ ਅਤੇ ਮੈਨੂੰ ਤੁਹਾਡਾ ਫੋਲੋ ਕੀਤਾ ਹੋਣਾ ਚਾਹੀਦਾ, ਇੰਸਟਾਗ੍ਰਾਮ 'ਤੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਣਾ ਚਾਹੀਦਾ, ਸਾਰਾ ਕੁਝ ਕੀਤਾ ਹੋਣਾ ਚਾਹੀਦਾ। ਅਤੇ ਬਾਕੀ ਆਪਾਂ ਚੁਣਾਂਗੇ ਕੋਈ ਕਮੈਂਟ ਆ ਵੀਡੀਓ ਦੇ ਥੱਲੇ ਅਤੇ ਉਹਨੂੰ ਫਿਰ ਆਪਾਂ ਗਿਵਅਵੇ ਕਰ ਦਾਂਗੇ। ਅਤੇ ਹੁਣ ਮੈਂ ਇੱਥੇ ਬਾਈ ਫਿਰਦਾਂਗਾ, ਮੈਨੂੰ ਸਮਝ ਨਹੀਂ ਲੱਗਦੀ ਉਹ ਕਿੱਥੇ ਹਿਸਾਬ ਕਿਤਾਬ ਬਾਈ, ਉਹਨਾਂ ਦੇ ਟਰੈਕਟਰ ਟਰੂਟਰ ਕਿੱਥੇ ਖੜ੍ਹੇ ਆ, ਉਹ ਖੜ੍ਹੇ ਬਾਕੀ ਤਾਂ ਉਹ ਖੜ੍ਹੇ ਬਾਈ, ਬਾਕੀ ਇੱਧਰ ਦੇਖਦੇ, ਇੱਧਰ ਦੀ ਜਾ ਕੇ ਪਿਛਲੇ ਪਾਸੇ ਚਲੇ ਜਾਂਦੇ ਆ। ਮੈਂ ਕਹਿਣਾ ਬਾਈ ਇਹ ਗੇਅਰਾਂ ਨਾਲ ਟਰੈਕਟਰ ਇੱਦਾਂ ਚਲਾਉਣਾ ਨਾ ਥੋੜ੍ਹਾ ਜਿਹਾ ਔਖਾ, ਬਾਕੀ ਇੱਥੇ ਜਾਂਦੇ ਆ। ਆਹ ਖੜ੍ਹੇ ਬਾਈ ਦੇਖਦੇ ਆ ਟਰੈਕਟਰ ਇੱਥੇ ਖੜ੍ਹੇ, ਸੋ ਦੇਖ ਲਓ ਪਾਰਟੀਸਪੇਟ ਕਰਨਾ ਤਾਂ ਬਾਈ ਕਰ ਸਕਦੇ ਹਾਂ। ਸੋ ਜਿੰਨੀ ਆਪਾਂ ਵੀਡੀਓ ਪਾਵਾਂਗੇ ਉਹਨਾਂ ਦੇ ਥੱਲੇ ਥੱਲੇ ਮਤਲਬ ਸਾਰਾ ਕੁਛ ਇੱਦਾਂ ਕਰ ਕੁਰ ਕੇ ਫਿਰ ਆਪਾਂ ਦੇਖਾਂਗੇ ਕਿਹੜਾ ਬੰਦਾ ਆਪਣੇ ਨੂੰ ਸ਼ੁਰੂ ਤੋਂ ਲੱਗਿਆ ਆਪਣੇ ਨਾਲ ਸਪੋਰਟ ਕਰਦਾ, ਉਹਨੂੰ ਆਪਾਂ ਉਹ ਗੇਮ ਗਿਫਟ ਕਰਾਂਗੇ ਬਾਈ। ਅਤੇ ਇੱਥੇ ਹੁਣ ਆਪਾਂ ਪਹੁੰਚ ਚੁੱਕੇ ਹਾਂ, ਉਹ ਟਰੈਕਟਰ ਤਾਂ ਜਿੱਦਾਂ ਤੁਸੀਂ ਦੇਖ ਸਕਦੇ ਹੋ ਬੱਲੇ ਬੱਲੇ, ਜਿੱਦਾਂ ਕਿ ਤੁਹਾਡੀ ਬਾਈ ਬਾਹਲੀ ਡਿਮਾਂਡ ਸੀ ਮੁੰਡਾ ਖੜਾਈ ਖੜਾ ਇੱਥੇ, ਉਹ ਬੱਲੇ 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 ਲੱਕੀ ਦਾ ਟਰੈਕਟਰ ਖੜਾ ਬਾਈ। ਕਹਿੰਦੇ ਤੁਹਾਡੇ ਇੰਨੇ ਕਮੈਂਟ ਆਉਂਦੇ ਸੀ ਬਰਾੜ ਬਾਈ ਡਾਣਾ ਸੁਰ ਲੈ ਕੇ ਆਓ ਬਾਈ, ਡਾਣਾ ਸੁਰ ਨਹੀਂ ਇਹ ਤਾਂ ਮੈਨੂੰ ਗੌੜ ਜ਼ਿਲ੍ਹਾ ਹੀ ਲੱਗਦਾ, ਇੱਧਰ ਚੈੱਕ ਕਰੋ ਇਹ ਜਿੱਡੇ ਇਹਦੇ ਟਾਇਰ ਪਵਾਏ ਆ ਨਾ, ਇਹਨੂੰ ਆਪਾਂ ਡਾਣਾ ਸੁਰ ਨਹੀਂ, ਇਹਨੂੰ ਆਪਾਂ ਗੌੜ ਜ਼ਿਲ੍ਹਾ ਹੀ ਕਹਾਂਗੇ ਬਾਈ, ਚੈੱਕ ਕਰੋ ਤੁਸੀਂ ਮੁੰਡੇ। ਅਤੇ ਫਾਈਨਲੀ ਆਹ ਟਰੈਕਟਰ, ਇਹ ਤਾਂ ਆਪਣਾ ਕਿਹੜਾ ਹੈਗਾ, ਇਹ ਮਹਿੰਦਰਾ, ਇਹ ਤਾਂ ਅਰਜੁਨ ਆ ਹੈ ਨਾ। ਅਤੇ ਆਹ ਟਰੈਕਟਰ ਚੈੱਕ ਕਰੋ ਬਾਈ ਤੁਸੀਂ, ਕਊਆ ਬਰਿਆਨੀ ਬਾਈ। ਅਤੇ ਇਹ ਟਰੈਕਟਰ ਨਾਲ ਆਪਾਂ ਪੁੱਛਦੇ ਹਾਂ ਇੱਥੇ ਬਾਈ ਹੁਣ ਤਾਂ ਪਹਿਲਾਂ ਤੁਹਾਨੂੰ ਮੈਂ ਖੇਤ ਦਿਖਾ ਦਾਂ, ਇੱਥੇ ਇੱਧਰ ਕੁੱਕੜੀਆਂ ਰੱਖੀਆਂ ਇਹਨਾਂ ਨੇ ਅਤੇ ਇੱਧਰ ਮੱਝਾਂ ਗਾਵਾਂ, ਇੱਧਰ ਚੈੱਕ ਕਰੋ ਤੁਸੀਂ ਮਾਹੌਲ ਚੈੱਕ ਕਰੋ ਬਾਈ। ਵਧੀਆ ਨਾ ਪੂਰਾ ਸਮੁੰਦਰ ਕਿਨਾਰੇ ਸ਼ੈਪ ਉਹ ਜਾਈ ਜਾਂਦਾ, ਛੋਟਾ ਜਿਹਾ ਖੇਤ ਆ ਅਤੇ ਹਲ ਵੀ ਇੱਥੇ ਆ। ਅਤੇ ਇੱਦਾਂ ਕਰਾਂਗੇ, ਅਤੇ ਹੁਣ ਆਪਾਂ ਇ੦ਾਂ ਕਰਾਂਗੇ ਮੇਰੇ ਵੀਰੇ, ਆਹ ਜਿਹੜਾ ਟਰੈਕਟਰ ਆ ਨਾ ਡਾਣਾ ਸੁਰ, ਓਏ ਹੋ ਆਵਾਜ਼ ਚੈੱਕ ਕਰੋ ਓਏ ਮੁੰਡਾ, ਆਵਾਜ਼ ਚੈੱਕ ਕਰੋ ਓਏ ਸਿਰਾ ਆਵਾਜ਼ ਬਾਈ, ਇਹੋ ਜਿਹੀ ਆਵਾਜ਼ ਨਹੀਂ ਮੈਂ ਸੁਣੀ ਸੀ ਓਏ 855 'ਚ ਬੱਲੇ ਘੈਂਟ। ਮੁੰਡਾ ਤਾਂ ਪੂਰੀ ਟਰਬ ਟੁਰਬ ਪਵਾਈ ਆ ਬਾਈ। ਅਤੇ ਬਾਕੀ ਤੁਸੀਂ ਦੱਸਿਓ ਮੁੰਡਾ ਟਰੈਕਟਰ ਕਿੱਦਾਂ ਲੱਗਿਆ, ਘੈਂਟ ਹੈ ਨਾ ਬੱਲੇ ਬੱਲੇ, ਮੈਨੂੰ ਤਾਂ ਬਹੁਤ ਵਧੀਆ ਲੱਗਿਆ। ਹੁਣ ਇਹਦੀ ਪਾਵਰ ਚੈੱਕ ਕਰਾਂਗੇ ਆਪਾਂ, ਪਹਿਲਾਂ ਨਾ ਮੈਂ ਪਿੱਛੇ ਹਲ ਪਾਲਾਂ ਬਾਈ, ਕਿਉਂਕਿ ਉਹ ਜਿਹੜਾ ਕਿੱਲਾ ਜਿਹਾ ਨਹੀਂ ਸੀਗਾ ਜਿੱਥੇ ਉਹ ਖੜ੍ਹਾ ਸੀ, ਇੱਕ ਕੀ ਕਹਿੰਦੇ ਹੁੰਦੇ ਉਹਨੂੰ, ਕੁਛ ਨਾ ਕੁਛ ਤਾਂ ਉੱਥੇ ਖੜ੍ਹਾ ਸੀ, ਉੱਥੇ ਆਪਾਂ ਹਲ ਮਾਰਨ ਜਾਵਾਂਗੇ। ਪਰ ਇਹਦੇ ਟਾਇਰ ਮਾਮੇ ਹੀਰ ਦੇ ਐਡੇ ਵੱਡੇ ਵੱਡੇ ਆ ਬਾਈ, ਪਿਛਲੇ ਵੀ ਅਤੇ ਮੂਹਰਲੇ ਵੀ, ਪਰ ਆਵਾਜ਼ ਬੜੀ ਵਧੀਆ ਲੱਗੀ ਉਹ ਮੈਨੂੰ ਬਾਈ। ਹਲ ਤਾਂ ਵੀ ਚੱਕੇ ਆ ਨਾ, ਹਾਂ ਹੁਣ ਚੱਕੇ ਆ, ਪਹਿਲਾਂ ਥੱਲੇ ਲਾਈ ਸੀ। ਓਕੇ ਮੈਂ ਵੀ ਕਹਾਂ ਜੇ ਪੰਜਾਬ 'ਚ ਕਿਸੇ ਨੇ ਹੋਰ ਨੇ ਬਾਈ ਮੋਡੀਫਾਈ ਕਰਨਾ ਟਰੈਕਟਰ, ਉਹਦਾ ਨਾਂ ਇਹੋ ਜਿਹਾ, ਜੇ ਕੋਈ ਟਰੈਕਟਰ ਹੈਗਾ ਝੋਟੇ ਵਾਲਾ ਉਹਦਾ ਨਾਂ ਵੀ ਆਪਾਂ ਤੁਹਾਨੂੰ ਸੁਜੈਸਟ ਕਰਦਾ ਗੌੜ ਜ਼ਿਲ੍ਹਾ ਨਾਂ ਰੱਖ ਲਿਓ, ਕਿਉਂਕਿ ਜੇ ਦੇਖਿਆ ਜਾਵੇ ਆਹ ਟਰੈਕਟਰ ਨੂੰ ਆਪਾਂ ਗੌੜ ਜ਼ਿਲ੍ਹਾ ਕਹਿ ਸਕਦੇ ਸੀ। ਨੀਲੇ ਕਲਰ ਦਾ ਫੂਡ, ਜੇ ਕਿਸੇ ਨੇ ਚੰਗੀ ਤਰ੍ਹਾਂ ਮੋਡੀਫਾਈ ਕੀਤਾ ਝੋਟਾ, ਉਹਦਾ ਨਾਂ ਗੌੜ ਜ਼ਿਲ੍ਹਾ ਰੱਖ ਸਕਦਾ, ਐਡੇ ਐਡੇ ਟਾਇਰ ਪਵਾ ਕੇ, ਕਿਹਦਾ ਡਾਣਾ ਸੋਰਾ ਔਰ ਸਿਰਾ ਬਾਈ ਟਰੈਕਟਰ। ਅਤੇ ਆਹ ਟਰੈਕਟਰ ਆਪਾਂ ਪਹਿਲੀ ਵਾਰੀ ਚਲਾਉਣ ਲੱਗੇ ਹਾਂ ਅੱਜ ਜਦੋਂ ਤੁਹਾਡੇ ਸਾਹਮਣੇ, ਪਰ ਤੁਹਾਡੇ ਕਮੈਂਟ ਆਏ ਸੀ, ਮੈਂ ਫਿਰ ਕੀਤਾ ਹੈਪੀ ਨੂੰ ਫੋਨ, ਮੈਂ ਕਿਹਾ ਚੱਲ ਯਾਰ ਹੈਪੀ ਭੇਜ ਟਰੈਕਟਰ, ਕਹਿੰਦਾ ਬਾਈ ਉੱਥੇ ਫਾਰਮ 'ਚ ਖੜ੍ਹਾ ਲੈ ਜੀ ਜਦੋਂ ਮਰਜ਼ੀ। ਸੋ ਹੁਣ ਆਪਾਂ ਤੁਹਾਡੇ ਸਾਹਮਣੇ ਹਾਂ, ਖੇਡਦੇ ਪਏ ਹਾਂ ਟਰੈਕਟਰ ਨਾਲ, ਚਲਾਉਂਦੇ ਹਾਂ ਅਤੇ ਪਾਵਰ ਪੂਵਰ ਚੈੱਕ ਕਰਦੇ ਹਾਂ। ਆਹ ਜਿੱਥੇ ਆ ਬਾਈ ਖੜ੍ਹਾ ਨਹੀਂ ਸੀ, ਇੱਥੇ ਕੁਛ ਖੜ੍ਹਾ ਸੀ ਸੰਦ ਜਾ, ਉਹ ਪਰਲੇ ਪਾਸੇ ਉਹਦਾ ਨਾਂ ਕੀ ਆ ਯਾਰ, ਮੈਂ ਨਾਂ ਭੁੱਲ ਜਾਂਦਾ ਹੁੰਦਾ। ਇੱਥੇ ਆਪਾਂ ਹਲ ਮਾਰਨੇ ਕਿਉਂਕਿ ਇਹ ਘਾਹ ਹੀ ਆ ਬਾਈ। ਸੋ ਇੱਥੇ ਆਪਾਂ ਕੰਮ ਸਟਾਰਟ ਕਰਦੇ ਹਾਂ, ਰੱਬ ਤੁਹਾਡਾ ਭਲਾ ਕਰੇ, ਕਿਉਂਕਿ ਗੱਲ ਇਹ ਆ ਗਈ। ਓਕੇ ਇੱਥੇ ਹਲ ਲਾ ਦਈਏ ਥੱਲੇ,
ਤੇ ਪੈਲੀ ਉਹਨਾਂ ਦੀ ਆ, ਉਹਨਾਂ ਨੇ ਕੰਮ ਕਰਨਾ ਸੀ। ਮੈਂ ਕਿਹਾ ਚਲੋ ਆਪਾਂ ਕਰ ਦਿੰਦੇ ਹਾਂ। ਓਕੇ, ਨਾਲੇ ਟਰੈਕਟਰ ਦੀ ਪਾਵਰ ਪੂਵਰ ਦਾ ਪਤਾ ਲੱਗ ਜੂ ਬਾਈ ਕਿ ਨਹੀਂ। ਨਾਲੇ ਇੱਥੇ ਸਮੁੰਦਰ ਕਿਨਾਰੇ ਖੇਤੀ, ਬੱਲੇ ਯਾਰ ਘੈਂਟ ਗੱਲਬਾਤ ਬਾਬਿਓ। ਇਹ ਤਾਂ ਮੈਂ ਹਜੇ ਹਾਈ ਪਹਿਲੇ 'ਚ ਆ, ਹਾਈ ਦੂਜਾ ਨਹੀਂ ਨਹੀਂ ਲੋ 'ਚ ਸੀਗਾ, ਹੁਣ ਆਪਾਂ ਹਾਈ 'ਚ ਪਾ ਕੇ ਦੇਖਦੇ ਹਾਂ ਬਾਈ। ਹਾਈ ਚੱਲਦਾ ਨਹੀਂ, ਹਾਈ ਤੀਜੇ 'ਚ ਮੈਨੂੰ ਲੱਗਦਾ ਖਿੱਚ ਦੇਣਾ ਇਹਨੇ ਕੰਮ ਸਿੱਧਾ ਹੀ। ਹਾਈ ਤੀਜੇ 'ਚ ਪਹਿਲਾ ਦੂਜਾ ਨਹੀਂ ਤੀਜਾ ਨਹੀਂ, ਬੱਲੇ ਹਾਈ ਤੀਜੇ 'ਚ ਵੀ ਬਾਈ ਇੱਦਾਂ ਜਾਂਦਾ ਜਿੱਦਾਂ ਪਤਾ ਨਹੀਂ ਇਹਦੇ ਪਿੱਛੇ ਸੁਹਾਗਾ ਪਾਇਆ ਹੁੰਦਾ, ਪਰ ਹਲ ਪਾਏ ਆ ਬਾਈ। ਚੈੱਕ ਕਰੋ ਤੁਸੀਂ ਬਾਬਿਓ, ਆਹ ਪਤਾ ਨਹੀਂ ਕੀ ਖੜਾ ਯਾਰ, ਇਹ ਕਿਹਨਾਂ ਦਾ ਇਹ ਸਮਝ ਨਹੀਂ ਲੱਗੀ ਮੈਨੂੰ। ਆਹ ਦੇਖੋ ਹੁਣ ਫੜੀ ਆ ਰੇਸ ਬਾਬਿਓ, ਹੁਣ ਤਾਂ ਭਲਾ ਦੀ ਟਰੈਕਟਰ ਨਾਲ ਆਪਾਂ ਡਰਾਫਟਿੰਗ ਕਰਾ ਲਈਏ, ਪਰ ਇੰਨੀ ਤੇਜ਼ ਖੇਤੀ ਨਹੀਂ ਕਰਨੀ ਚਾਹੀਦੀ ਬਾਈ। ਮੇਰਾ ਸਟੇਅਰਿੰਗ ਵੀ ਇੱਧਰ ਹਿੱਲੀ ਜਾਂਦਾ, ਟਰੈਕਟਰ ਸਾਂਭ ਨਹੀਂ ਹੁੰਦਾ, ਪਰ ਕੋਈ ਨਾ, ਇਹ ਡਾਣਾ ਸੋਰਾ ਬਾਈ, ਇਹਨੂੰ ਆਪਾਂ ਜਿੱਦਾਂ ਮਰਜ਼ੀ ਕਰ ਦਈਏ, ਇਹਦੀਆਂ ਨਹੀਂ ਗਰਾਰੀਆਂ ਗਰੂਰੀਆਂ ਭੁਰਦੀਆਂ, ਪਰ ਤੁਸੀਂ ਨਾ ਕਰਿਓ ਬਾਈ। ਔਰ ਤੁਸੀਂ ਵੀ ਕਹੋਗੇ ਬਰਾੜ ਬਾਈ ਕੀ ਕਰੀ ਜਾਂਦਾ ਤੂੰ ਚੰਗੀ ਤਰ੍ਹਾਂ, ਤੈਨੂੰ ਖੇਤੀ ਵੀ ਨਹੀਂ ਕਰਨੀ ਹੁੰਦੀ, ਪਰ ਕੋਈ ਚੱਕਰ ਨਹੀਂ ਵੀਰੇ, ਵੀਰੇ ਜਜ਼ਬਾਤਾਂ 'ਤੇ ਕਾਬੂ ਰੱਖੀ ਦਾ ਹੁੰਦਾ, ਪਰ ਆਪਾਂ ਨਹੀਂ ਨਹੀਂ ਦੂਜੇ 'ਤੇ ਪਾਉਂਦੇ ਯਾਰ, ਤੀਜੇ 'ਤੇ ਤਾਂ ਬੜਾ ਭੱਜਦਾ ਬਾਈ। ਪਰ ਟਰੈਕਟਰ ਦੀ ਆਵਾਜ਼ ਬਾਈ ਕਿਹਨੂੰ ਕਿਹਨੂੰ ਘੈਂਟ ਲੱਗੀ, ਕਮੈਂਟ ਜ਼ਰੂਰ ਕਰਿਓ ਇੱਕ ਵਾਰੀ। ਅਤੇ ਹੋਰ ਕਿਹੜਾ ਕਿਹੜਾ ਟਰੈਕਟਰ ਦੇਖਣਾ ਚਾਹੁੰਦੇ ਹਾਂ ਇਹ ਵੀ ਤੁਸੀਂ ਕਮੈਂਟ ਜ਼ਰੂਰ ਕਰਿਓ। ਅਤੇ ਬਾਕੀ ਪਹਿਲਾਂ ਨਾ ਆਪਾਂ ਕਿੱਲਾ ਕਲੀਅਰ ਕਰ ਲਈਏ ਬਾਈ, ਕਿਉਂਕਿ ਮੈਨੂੰ ਤਾਂ ਬੜਾ ਵਧੀਆ ਲੱਗਦਾ ਪਿਆ ਇਹਦੇ ਨਾਲ ਖੇਤੀ ਜੀ ਕਰਨੀ। ਉਹ ਥੋੜ੍ਹਾ ਜਿਹਾ ਰਹਿ ਗਿਆ ਇੱਥੋਂ, ਲਓ ਬਾਈ ਅੱਜ ਮੈਨੂੰ ਲੱਗਦਾ। ਨਾਲੇ ਯਾਰ ਇਹ ਕਿੱਲਾ ਵੀ ਛੋਟਾ ਆ ਬਾਈ, ਇੱਥੇ ਆ ਹੀ ਨਹੀਂ ਕਿ 2-3 ਮਹੀਨੇ ਆਪਾਂ ਇੱਥੇ ਲੱਗੇ ਹੀ ਰਹਿਣਾ, ਪਰ ਕਿੱਲਾ ਬਹੁਤ ਵਧੀਆ ਇੱਥੇ ਛੋਟਾ ਜਿਹਾ। ਤੁਸੀਂ ਵੀ ਜੇ ਇੱਧਰ ਨੂੰ ਆਉਣਾ ਆਉਣਾ ਹੋਵੇ, ਮਤਲਬ ਛੋਟੀਆਂ ਛੋਟੀਆਂ ਪੈਲੀਆਂ ਜੀ, ਇੱਥੇ ਵਧੀਆ ਲੱਗਦਾ ਯਾਰ। ਏਰੀਆ ਵੀ ਬਹੁਤ ਵਧੀਆ ਹੈਗਾ, ਸਮੁੰਦਰ ਕਿਨਾਰੇ ਆ, ਇੰਨੀ ਗਰਮੀ ਵੀ ਹੈ ਨਹੀਂ। ਜੇ ਕਿਸੇ ਬਾਈ ਨੇ ਇੱਧਰ ਨੂੰ ਸ਼ਿਫਟ ਹੋਣਾ ਹੋ ਸਕਦਾ, ਬਾਕੀ ਪੂਰਾ ਮਾਹੌਲ ਵਧੀਆ ਹੈਗਾ ਯਾਰ। ਬਾਕੀ ਟਰੈਕਟਰ ਤਾਂ ਤੁਹਾਡੇ ਸਾਹਮਣੇ ਆ, ਝੋਟਾ ਟਰੈਕਟਰ। ਅਤੇ ਆਹ ਬਾਈ ਹੁਣ ਆਪਾਂ ਕੰਮ ਕਰ ਦਈਏ ਅਤੇ ਬਾਅਦ 'ਚੋਂ। ਪਰ ਯਾਰ ਆਹ ਟਰੈਕਟਰ ਨਾਲ ਨਾ ਬਾਈ ਟੋਚਨ ਟੂਚਨ ਪਾ ਦਿਓ ਕਿਸੇ ਦਾ, ਮੈਨੂੰ ਨਹੀਂ ਲੱਗਦਾ ਟਰੈਕਟਰ ਨੇ ਛੱਡਣਾ ਕਿਸੇ ਨੂੰ, ਬਾਕੀ ਕੁਛ ਕਹਿ ਨਹੀਂ ਸਕਦੇ। ਬਾਕੀ ਇੱਧਰ ਚੈੱਕ ਕਰੋ ਤੁਸੀਂ, ਟਾਇਰ ਚੈੱਕ ਕਰੋ, ਅਗਲੇ ਟਾਇਰ ਚੈੱਕ ਕਰੋ ਬਾਬਿਓ। ਅਰੇ ਬਾਈ 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 ਐਡੇ ਮੋਟੇ ਟਾਇਰ, ਮੈਨੂੰ ਲੱਗਦਾ ਪਿਛਲੇ ਟਾਇਰਾਂ ਨਾਲੋਂ ਵੀ ਜ਼ਿਆਦਾ ਮੋਟੇ ਟਾਇਰ ਬਾਈ ਇਹਦੇ ਅੱਗੇ ਪਾਏ ਆ, ਚੈੱਕ ਕਰੋ ਤੁਸੀਂ। ਮੰਨਦੇ ਬੱਲੇ ਘੈਂਟ ਗੱਲਬਾਤ। ਦੇਖੋ ਬਾਈ 2-3 ਗੇੜਿਆਂ 'ਚ ਪੂਰਾ ਕਿੱਲਾ ਹੋ ਗਿਆ ਕਲੀਅਰ, ਬਾਕੀ ਥੋੜ੍ਹਾ ਜਿਹਾ ਪਿਆ ਹੈਗਾ ਇੱਥੇ। ਹੁਣ ਜੇ ਕੁਛ ਬੀਜਣਾ ਬੂਜਣਾ ਹੋਇਆ ਉਹ ਵੀ ਆਪਾਂ ਦੇਖ ਲਾਂਗੇ। ਬਾਕੀ ਆਪਾਂ ਅੱਜ ਦਾ ਮੇਨ ਕੰਮ ਇਹੀ ਸੀ ਕਿ ਤੁਹਾਨੂੰ ਟਰੈਕਟਰ ਦਿਖਾਇਆ ਜਾਵੇ ਬਾਈ, ਕੋਈ ਝੋਟਾ ਜਿਹਾ ਟਰੈਕਟਰ। ਸੋ ਫਿਰ ਮੈਂ ਤਾਂ ਹੀ ਆਹ ਟਰੈਕਟਰ ਤੁਹਾਨੂੰ ਦਿਖਾਇਆ। ਪਲਟਣਾ ਚਾਹੀਦਾ, ਪਲਟਣਾ ਚਾਹੀਦਾ ਭਰਾਵਾ, ਇਹਨੂੰ ਸਿੱਧਾ ਕਰਨਾ ਵੀ ਔਖਾ ਹੀ ਹੋ ਜਾਣਾ। ਅਤੇ ਬਾਕੀ ਟਰਾਲੀਆਂ ਟਰੂਲੀਆਂ 'ਚ ਬੋਰੀਆਂ ਬਾਰੀਆਂ ਬਾਈ ਹੁਣਾਂ ਨੇ ਲਾਹਲੀਆਂ ਹੋਣੀਆਂ ਉੱਥੋਂ, ਅਤੇ ਫਿਰ ਆਪਾਂ ਜਾਵਾਂਗੇ। ਬਾਕੀ ਤੁਸੀਂ ਦੱਸਿਓ ਜੇ ਇੱਥੇ ਹੀ ਖੇਤੀਬਾੜੀ ਕਰਨੀ ਆ। ਵੈਸੇ ਵਧੀਆ ਏਰੀਆ ਯਾਰ, ਜੇ ਇੱਥੇ ਆਪਾਂ ਫਾਰਮ ਫੂਰਮ ਲੈ ਲਿਆ ਇਹ ਵੀ ਏਰੀਆ ਵਧੀਆ ਹੈਗਾ, ਪਰ ਗਰਮੀ ਨੇ ਵੀ ਬੁਰਾ ਹਾਲ ਕੀਤਾ ਪਿਆ। ਫਿਰ ਵੀ ਇੱਥੇ ਬਾਈ ਆਪਣੇ ਭਈਏ ਨੂੰ ਵੀ ਗਰਮੀ ਆ ਗਈ ਪੂਰੀ। ਅਤੇ ਬਾਕੀ ਹੁਣ ਆਪਾਂ ਟਰੈਕਟਰ ਤੋਂ ਉਤਰ ਜਾਂਦੇ ਹਾਂ। ਬਾਕੀ ਟਰੈਕਟਰ ਦਾ ਤੁਹਾਨੂੰ ਪਤਾ ਹੀ ਆਣਾ, ਪੂਰਾ ਘੈਂਟ ਟਰੈਕਟਰ। ਫੋਟੋ ਜੀ ਖਿੱਚ ਲਈਏ, ਖੜਾ ਘੈਂਟ ਹੈ ਨਾ। ਬਾਕੀ ਇਹੀ ਸੀਗਾ ਅੱਜ ਦਾ ਬਾਈ ਛੋਟਾ ਜਿਹਾ ਐਪੀਸੋਡ ਆਪਣਾ। ਜੇ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ, ਅਤੇ ਮਿਲਦੇ ਹਾਂ ਤੁਹਾਨੂੰ ਅਗਲੇ ਐਪੀਸੋਡ ਵਿੱਚ। ਪਰ ਆਹੋ ਕਮੈਂਟ ਕਰਕੇ ਦੱਸੋ ਬਾਈ ਕਿੱਦਾਂ ਲੱਗਿਆ ਟਰੈਕਟਰ ਸਿਰਾ। ਰੱਬ ਰਾਖਾ ਯਾਰ, ਮਿਲਦੇ ਹਾਂ ਅਗਲੇ ਐਪੀਸੋਡ ਵਿੱਚ ਬਾਈ, ਰੱਬ ਰਾਖਾ ਮੇਰੇ ਵੀਰੋ। ਅਤੇ ਦੱਸਿਓ ਕੀ ਕਰਨਾ ਹੋਰ, ਚੱਲ ਬਾਈ ਹੁਣ ਮੈਂ ਨਾ ਬਾਈ ਇਹਦੇ ਨੇ ਪਿੱਛੇ ਪਿੱਛੇ ਨਾ ਕੋਈ ਹੋਰ ਟਰੈਕਟਰ ਟਰੂਟਰ ਪਾ ਕੇ ਨਾ ਇੱਥੇ ਕੱਦੂ ਕੁੱਦੂ ਕਰਕੇ ਦੇਖਾਂਗੇ। ਉਹਦੇ ਪਹਿਲਾਂ ਨੂੰ ਤਾਂ ਉਹਨੂੰ ਚੱਕ ਲਈਏ, ਇੱਥੇ ਤਾਂ ਮੈਨੂੰ ਲੱਗਦਾ ਹੋ ਗਿਆ। ਓਕੇ ਮੁੰਡਿਓ, ਰੱਬ ਰਾਖਾ ਯਾਰ।
ਇਧਰ ਵੇਖਿਓ, ਇੱਕ ਚੀਜ਼ ਦਿਖਾ ਦਈਏ ਤੁਹਾਨੂੰ ਜਾਂਦੇ ਜਾਂਦੇ। ਇਹ ਚੱਕਦਾ ਅੱਡਾ ਬਈ, ਦੇਖੀਏ। ਓਹ ਹੋ ਹੋ, ਚੱਕਦਾ ਓਏ, ਚੱਕਦਾ ਚੱਕਦਾ, ਪਿੱਛੇ ਹਲ ਲੱਗ ਜਾਂਦੇ ਆ। ਰੋ ਜਾਓ, ਇੱਕ ਵਾਰੀ ਹੋਰ ਕਰ ਦਈਏ। ਚੱਲ ਚੱਕਦਾ, ਇਹ ਚੱਕਦਾ ਬਈ, ਨਹੀਂ ਰੀਸਾ ਸਿਰਾ ਬਈ ਸਿਰਾ। ਮੰਨਦੇ ਆ ਬਾਬੇ, ਘੈਂਟ ਯਾਰ, ਰੱਬ ਰਾਖਾ ਮੇਰੇ ਵੀਰੇ।